नमस्कार, सत श्री अकाल ते गुड मॉर्निंग। डे नाइट न्यूज़ दे ब्रेकफास्ट शो विच तुहाडा सारिआं दा स्वागत है। असीं नॉर्थ अमेरिका दे ग्लोबल पंजाब अते इंग्लैंड अते यूरोप दे संगत टीवी दे दर्शकां दा वी स्वागत करदे आं। कहिंदे ने कि खूनदान सब तों वड्डा दान हुंदा है। ਇਹ ਬੁਝਦੀ ਲੌ ਲਈ ਤੇਲ ਦਾ ਕੰਮ ਕਰਦਾ ਹੈ ਅਤੇ ਹਨੇਰੇ ਵਿੱਚ ਇੱਕ ਰੋਸ਼ਨੀ ਦੀ ਕਿਰਨ ਵਾਂਗ ਲੋਕਾਂ ਦੇ ਚਿਹਰੇ 'ਤੇ ਮੁੜ ਮੁਸਕਰਾਹਟ ਲੈ ਕੇ ਆਉਂਦਾ ਹੈ। ਜਦੋਂ ਮੁੜ ਜੀਵਨ ਮਿਲ ਜਾਂਦਾ ਹੈ, ਇਹੀ ਜੀਵਨ ਦਾਨ ਕਰਨ ਦਾ ਕਾਰਜ ਕਰਦੇ ਨੇ ਬਲਵੰਤ ਸਿੰਘ ਜੀ ਅਤੇ ਇਹਨਾਂ ਦੀ ਪਤਨੀ ਜਸਵੰਤ ਕੌਰ, ਜੋ ਕਿ ਪਿਛਲੇ ਕਈ ਸਾਲਾਂ ਤੋਂ ਬਿਨਾਂ ਕਿਸੇ ਲਾਲਚ ਤੋਂ ਮਾਨਵਤਾ ਦੇ ਨਾਤੇ ਖੂਨਦਾਨ ਕਰ ਰਹੇ ਨੇ। ਅਸੀਂ ਇਹਨਾਂ ਨਾਲ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਖੂਨਦਾਨ ਕਰਨ ਬਾਰੇ ਸੋਚਿਆ ਅਤੇ ਕਿਸ ਤਰ੍ਹਾਂ ਅੱਜ ਦੀ ਨੌਜਵਾਨ ਪੀੜ੍ਹੀ ਸਮਾਜ ਭਲਾਈ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾ ਸਕਦੀ ਹੈ। ਪਰ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਹੁਣ ਤੱਕ ਦੀਆਂ ਖਾਸ ਖ਼ਬਰਾਂ 'ਤੇ। ਬੱਸੀ ਪਠਾਣਾ ਨੇੜੇ ਟਰੱਕ ਅਤੇ ਪੁਲਿਸ ਵੈਨ ਦੀ ਟੱਕਰ, 6 ਪੁਲਿਸ ਮੁਲਾਜ਼ਮਾਂ ਦੀ ਮੌਤ, ਕਈ ਮੁਲਾਜ਼ਮ ਜ਼ਖਮੀ, ਹਾਦਸੇ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ। ਪੰਜਾਬ ਦੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਅੱਜ ਕਰਨਗੀਆਂ ਵੱਖ ਵੱਖ ਥਾਵਾਂ ਤੇ ਡੀਸੀ ਦਫ਼ਤਰਾਂ ਦਾ ਘਿਰਾਓ। ਪੁਲਿਸ ਵੱਲੋਂ ਪੰਜਾਬ 'ਚ ਵੱਖ ਵੱਖ ਥਾਵਾਂ ਤੇ ਨਾਕੇਬੰਦੀ, ਬਠਿੰਡਾ ਅਤੇ ਤਰਨ ਤਾਰਨ ਨੂੰ ਬਦਲਿਆ ਫੌਜੀ ਛਾਉਣੀ 'ਚ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ 6ਵਾਂ ਦਿਨ, ਸੱਤਾਧਾਰੀ ਤੇ ਵਿਰੋਧੀ ਧਿਰ 'ਚ ਨਹੀਂ ਬਣ ਰਹੀ ਸਹਿਮਤੀ। ਰਾਜਪਾਲ ਦੇ ਭਾਸ਼ਣ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਦੇਣਗੇ ਜਵਾਬ। ਸਰਕਾਰੀ ਕਾਲਜਾਂ ਦੇ ਅਧਿਆਪਕਾਂ ਦੇ ਹਵਾਈ ਜਹਾਜ਼ਾਂ ਦੇ ਝੂਟੇ, ਸਰਕਾਰ ਨੇ ਕੀਤੇ ਬੰਦ। ਵਿਦੇਸ਼ ਜਾਣ ਲਈ ਕੇਵਲ 1 ਮਹੀਨੇ ਦੀ ਹੀ ਮਿਲੇਗੀ ਛੁੱਟੀ, ਛੁੱਟੀ ਦੇਣ ਦਾ ਅਧਿਕਾਰ ਸਿੱਖਿਆ ਮੰਤਰੀ ਕੋਲ। ਅਸੀਂ ਅੱਜ ਚਰਚਾ ਕਰਾਂਗੇ ਬਲਵੰਤ ਸਿੰਘ ਜੀ ਤੇ ਜਸਵੰਤ ਕੌਰ ਜੀ ਨਾਲ, ਜੋ ਕਿ ਸਾਡੇ ਸਟੂਡੀਓ 'ਚ ਮੌਜੂਦ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਵਾਂ ਦਾ ਸਾਡੇ ਸਟੂਡੀਓ ਦੇ ਵਿੱਚ। ਬਲਵੰਤ ਸਿੰਘ ਜੀ, ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ, ਕਿੰਨੇ ਕੁ ਸਾਲਾਂ ਤੋਂ ਤੁਸੀਂ ਇਹ ਖੂਨਦਾਨ ਦਾ ਕੰਮ ਕਰ ਰਹੇ ਹੋ ਤੇ ਇਹ ਤੁਸੀਂ ਕਿਵੇਂ ਇਸ ਖੂਨਦਾਨ ਕਰਨ ਬਾਰੇ ਸੋਚਿਆ ਹੈ? ਮੈਂ 1991 ਅਸੀਂ ਦੋਨੋਂ ਇਕੱਠੇ ਬਲੱਡ ਡੋਨੇਟ ਕਰਦੇ ਹਾਂ। ਪਹਿਲਾਂ ਮੇਰੀ ਪਤਨੀ ਜਸਵੰਤ ਕੌਰ ਨੇ ਦਿੱਤਾ ਸੀ, ਫਿਰ ਇਹਦੀ ਪ੍ਰੇਰਣਾ ਸਦਕਾ ਮੈਨੂੰ ਵੀ ਨਾਲ ਤੋਰਿਆ ਅਤੇ ਅਸੀਂ ਫਿਰ ਲਗਾਤਾਰ ਬਲੱਡ ਡੋਨੇਟ ਕਰਦੇ ਰਹੇ। ਹੁਣ ਤੱਕ ਅਸੀਂ 75 ਵਾਰ ਬਲੱਡ ਡੋਨੇਟ ਕਰ ਚੁੱਕੇ ਹਾਂ। ਚਲੋ, ਇਹ ਸਮਾਜਿਕ ਕਾਰਜ ਤਾਂ ਹੈ ਹੀ ਹੈ, ਨਾਲ ਦੀ ਨਾਲ ਲੋਕਾਂ ਨੂੰ ਪ੍ਰੇਰਣਾਦਾਇਕ ਕਾਰਜ ਵੀ ਹੈ। ਜੀ ਬਿਲਕੁਲ, ਜਸਵੰਤ ਕੌਰ ਜੀ ਜਿਵੇਂ ਦੱਸ ਰਹੇ ਨੇ, ਇਹਨਾਂ ਨੂੰ ਤੁਹਾਡੇ ਤੋਂ ਪ੍ਰੇਰਣਾ ਮਿਲੀ। ਮਹਿਲਾਵਾਂ ਜਿਹੜੀਆਂ ਆਉਂਦੀਆਂ ਨੇ, ਖਾਸ ਕਰਕੇ ਉਹ ਇਸ ਕੰਮ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰਦੀਆਂ ਨੇ ਅਤੇ ਪਰ ਤੁਸੀਂ ਇਹ ਕਰਨ ਬਾਰੇ ਕਿਵੇਂ ਸੋਚਿਆ, ਤੁਹਾਨੂੰ ਕਿੱਥੋਂ ਪ੍ਰੇਰਣਾ ਮਿਲੀ ਇਸ ਦੀ? ਸਭ ਤੋਂ ਪਹਿਲਾਂ ਤਾਂ ਮੈਂ ਮੈਡਮ ਇੰਦਰਜੀਤ, ਡੇ ਐਂਡ ਨਾਈਟ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਔਰ ਡੇ ਐਂਡ ਨਾਈਟ ਦੇ ਸਾਰੇ ਵੀ ਪ੍ਰਬੰਧਕਾਂ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਸਾਨੂੰ ਦੋਨਾਂ ਨੂੰ ਇੱਥੇ ਬੁਲਾ ਕੇ ਲੋਕਾਂ ਦੇ ਰੂਬਰੂ ਕਰਨ ਦਾ ਮੌਕਾ ਦਿੱਤਾ ਹੈ। ਜਿੱਥੋਂ ਤੱਕ ਬਲੱਡ ਡੋਨੇਸ਼ਨ ਦਾ ਸੰਬੰਧ ਹੈ, ਕਹਿੰਦੇ ਆ ਇੱਕ ਚੰਗੀ ਔਰਤ ਦੇ ਪਿੱਛੇ, ਇੱਕ ਔਰਤ ਜਦੋਂ ਵੀ ਉਹ ਆਪਣੇ ਕਾਮਯਾਬ ਹੁੰਦੀ ਆ, ਉਸ ਦੇ ਪਿੱਛੇ ਇੱਕ ਚੰਗੇ ਮਰਦ ਦਾ ਹੱਥ ਹੁੰਦਾ ਹੈਗਾ। ਅਤੇ ਜੇ ਔਰਤ ਨੇ ਕਾਮਯਾਬ ਹੋਣਾ ਤਾਂ ਉਸਦਾ ਸਾਥ ਆ ਜਿਹੜਾ ਉਸਦਾ ਘਰਵਾਲਾ ਦਿੰਦਾ, ਪਤੀ ਦਿੰਦਾ, ਅਤੇ ਜੇ ਪਤੀ ਨੇ ਕਾਮਯਾਬ ਹੋਣਾ ਹੁੰਦਾ ਤਾਂ ਔਰਤ ਨੇ ਦਿੰਦਾ। ਮੇਰੇ ਇਸ ਕਾਮਯਾਬੀ ਦੇ ਪਿੱਛੇ ਮੇਰੇ ਹਸਬੈਂਡ ਸਰਦਾਰ ਬਲਵੰਤ ਸਿੰਘ ਦਾ ਬਹੁਤ ਬਹੁਤ ਯੋਗਦਾਨ ਹੈ। ਜੇ ਸ਼ਾਇਦ ਇਹ ਮੇਰਾ ਸਹਿਯੋਗ ਨਾ ਦਿੰਦੇ ਤਾਂ ਅੱਜ ਮੈਂ ਦੁਨੀਆ ਦੇ ਨਕਸ਼ੇ 'ਤੇ ਨਾ ਹੁੰਦੀ। ਜੀ ਬਿਲਕੁਲ, ਬਲਵੰਤ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ 75 ਵਾਰੀ ਕਰ ਚੁੱਕੇ ਹੋ ਖੂਨਦਾਨ, ਅਤੇ ਲੋਕਾਂ ਨੂੰ ਕਈ ਭਰਮ ਵੀ ਹੈਗੇ ਨੇ ਇਸ ਬਾਰੇ ਕਿ ਕਈ ਤਰ੍ਹਾਂ ਦੀ ਕਮਜ਼ੋਰੀ ਆ ਜਾਂਦੀ ਹੈ, ਕਿ ਇਸ ਤਰ੍ਹਾਂ ਦਾ ਕਦੇ ਤੁਹਾਨੂੰ ਮਹਿਸੂਸ ਹੋਇਆ? ਇਹ ਮੈਡਮ ਇਸ ਤਰ੍ਹਾਂ ਹੈ, ਬਲੱਡ ਡੋਨੇਸ਼ਨ ਕਰਨ ਤੋਂ ਪਹਿਲਾਂ ਤਾਂ ਇਹ ਵਹਿਮ ਹਰ ਇੱਕ ਦੀ ਤਕਰੀਬਨ ਆਉਂਦੇ ਆ। ਜਦੋਂ ਇੱਕ ਵਾਰ ਵਲੰਟਰੀ ਸਵੈਚਛਾ ਦੇ ਨਾਲ ਬਲੱਡ ਦੇ ਦਿੰਦੇ ਹਾਂ ਤਾਂ ਫਿਰ ਤੁਹਾਡਾ ਆਪਣਾ ਹੀ ਮਨ ਕਰਦਾ ਰਹਿੰਦਾ ਹੈਗਾ, ਫਿਰ ਉਹ ਵਹਿਮ ਨਾਂ ਦੀ ਕੋਈ ਚੀਜ਼ ਨਹੀਂ ਰਹਿੰਦੀ। ਜਿੰਨੇ ਚਿਰ ਤੁਹਾਡੀ ਏਜ ਅਲਾਊਡ ਕਰਦੀ ਹੈਗੀ, ਉਨਾ ਚਿਰ ਤੁਸੀਂ ਬਲੱਡ ਡੋਨੇਟ ਕਰ ਸਕਦੇ ਹਾਂ। ਉਮਰ ਦੀ ਗੱਲ ਕੀਤੀ ਹੈ ਅਤੇ ਕਿਸ ਉਮਰ ਵਰਗ ਦੇ ਜਿਹੜੇ ਹੈਗੇ ਨੇ ਡੋਨੇਟ ਕਰ ਸਕਦੇ ਨੇ ਬਲੱਡ? ਪਹਿਲਾਂ ਤਾਂ 18 ਤੋਂ 60 ਸਾਲ ਦੇ ਵਿੱਚ ਮਿਥੀ ਹੋਈ ਸੀ ਉਮਰ, ਲੇਕਿਨ ਪਿਛਲੇ 3-4 ਤੋਂ 65 ਸਾਲ ਤੱਕ ਜੇ ਚੰਗੀ ਹੈਲਥ ਹੈ, ਸਾਰੇ ਕੰਟੈਂਟਸ ਪੂਰੇ ਆ, ਤਾਂ ਬਲੱਡ ਡੋਨੇਟ ਕਰ ਸਕਦੇ। ਜਸਵੰਤ ਕੌਰ ਜੀ, ਬਹੁਤ ਵਾਰ ਤੁਸੀਂ ਬਲੱਡ ਡੋਨੇਟ ਕਰ ਚੁੱਕੇ ਹੋ, ਖੂਨਦਾਨ ਕਰਨਾ ਇੱਕ ਬਹੁਤ ਵੱਡਾ ਕਾਰਜ ਹੁੰਦਾ ਹੈ ਅਤੇ ਇਸ ਲਈ ਜਿਹੜਾ ਸਿਹਤ ਚੰਗੀ ਵੀ ਬਹੁਤ ਜ਼ਰੂਰੀ ਹੈ, ਅਤੇ ਕਿਸ ਤਰ੍ਹਾਂ ਤੁਸੀਂ ਆਪਣੀ ਸਿਹਤ ਕਾਇਮ ਕੀਤੀ ਹੈ ਚੰਗੀ? ਮੈਡਮ ਇੰਦਰ ਜੀ, ਤਾਂ ਇਸ ਤਰ੍ਹਾਂ ਹੈਗਾ ਕਿ ਕਈ ਲੋਕਾਂ ਨੂੰ ਭਰਮ ਹੈਗਾ ਖੂਨਦਾਨ ਕਰਨ ਦੇ ਨਾਲ ਕਮਜ਼ੋਰੀ ਆ ਜਾਂਦੀ ਹੈ, ਜਾਂ ਔਰਤ ਨੂੰ ਖੂਨਦਾਨ ਨਹੀਂ ਕਰਨਾ ਚਾਹੀਦਾ ਹੈਗਾ ਕਿਉਂਕਿ ਉਸ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਨੇ, ਸਰੀਰਕ ਤੌਰ 'ਤੇ ਵੀ ਹੁੰਦੀਆਂ, ਉਸਨੇ ਘਰੇਲੂ ਕੰਮ ਵੀ ਦੇਖਣੇ ਹੁੰਦੇ ਆ। ਪਰ ਜਿੱਥੋਂ ਤੱਕ ਮੇਰਾ ਵਿਚਾਰ ਹੈਗਾ ਕਿ ਖੂਨ ਦੇਣ ਦੇ ਨਾਲ ਕਦੇ ਕੋਈ ਕਮੀ ਨਹੀਂ ਹੁੰਦੀ ਹੈਗੀ, ਬਲਕਿ ਔਰਤ ਹੈ ਜਿਹੜੀ ਉਹ ਮਰਦ ਦੇ ਬਰਾਬਰ ਬੋਲਡ ਹੁੰਦੀ ਹੈ, ਉਸਦੀ ਜਿਹੜੀ ਮਾਨਸਿਕ ਸ਼ਕਤੀ ਹੁੰਦੀ ਆ ਉਹ ਤੇਜ਼ ਹੁੰਦੀ ਹੈਗੀ ਆ। ਇੱਕ ਤਾਂ ਜਦੋਂ ਅਸੀਂ ਖੂਨਦਾਨ ਕਰਦੇ ਹੈਗੇ ਹਾਂ, 24 ਘੰਟਿਆਂ ਦੇ ਵਿੱਚ ਸਾਡੇ ਅੰਦਰ ਖੂਨ ਉਸੇ ਤਰ੍ਹਾਂ ਬਣ ਜਾਂਦਾ ਹੈਗਾ, ਹੈ ਨਾ। ਦੂਸਰਾ ਇਹ ਆ ਵੀ ਖੂਨ ਦੇਣ ਦੇ ਨਾਲ, ਜਿੱਥੋਂ ਤੱਕ ਮੇਰਾ ਤਜਰਬਾ ਹੈਗਾ, ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ, ਜਿਵੇਂ ਕੋਈ ਬਲੱਡ ਪ੍ਰੈਸ਼ਰ ਹੈਗਾ, ਕੋਈ ਹਾਰਟ ਦੀ ਪ੍ਰੋਬਲਮ ਆ,
ਇਹ ਸਾਰੀਆਂ ਖੂਨ ਦੇਣ ਦੇ ਨਾਲ ਕੰਪਲੀਟ ਹੋ ਜਾਂਦੀਆਂ ਨੇ, ਖਤਮ ਹੋ ਜਾਂਦੀਆਂ। ਇਹਦਾ ਕਾਰਨ ਇਹ ਹੈਗਾ ਕਿ ਸਾਡੇ ਸਰੀਰ ਅੰਦਰ ਜਦੋਂ ਨਵਾਂ ਬਲੱਡ ਬਣਦਾ ਹੈਗਾ ਤਾਂ ਉਸ 'ਤੇ ਜਿਹੜੇ ਅੰਦਰਲੇ ਸੈੱਲ ਹੁੰਦੇ ਆ ਉਹ ਵੀ ਉਸ ਟਾਈਮ ਉਹ ਮਜ਼ਬੂਤ ਹੁੰਦੇ ਹੈਗੇ ਆ, ਕਿਉਂਕਿ ਪਿਛਲੇ ਜ਼ਮਾਨੇ ਦੇ ਵਿੱਚ ਜਦੋਂ ਅਸੀਂ ਅੱਜ ਤੋਂ 50 ਸਾਲ ਪਹਿਲਾਂ ਦੀਆਂ ਖੁਰਾਕਾਂ ਖਾਧੀਆਂ ਨੇ, ਜੇ ਅਸੀਂ ਕਦੇ ਖੂਨਦਾਨ ਕਰਾਂਗੇ ਹੀ ਨਾ ਤਾਂ ਸਾਡੇ ਸਰੀਰ ਅੰਦਰ ਉਹੀ ਖੂਨ ਪਿਆ ਹੈਗਾ, ਅਤੇ ਉਹ ਗਰੀਬੀ ਦਾ ਗਰੀਬੀ ਵਾਲਾ ਵੀ ਖੂਨ ਹੋ ਸਕਦਾ, ਉਦੋਂ ਸਾਡੀ ਸੋਚ ਵੀ ਘਟੀਆ ਹੋ ਸਕਦੀ ਹੈਗੀ ਆ। ਅੱਜ ਅਸੀਂ ਜੇ ਸਾਡੀ ਸੋਚ ਵਧੀਆ ਹੈਗੀ ਆ, ਅੱਜ ਅਸੀਂ ਚੰਗੀ ਖੁਰਾਕ ਵੀ ਖਾ ਰਹੇ ਹਾਂ ਅਤੇ ਸਾਡਾ ਬਲੱਡ ਵੀ ਉਸੇ ਤਰ੍ਹਾਂ ਦਾ ਬਣਦਾ ਹੈਗਾ, ਇਸ ਕਰਕੇ ਬਲੱਡ ਦੇਣ ਦੇ ਨਾਲ ਕਦੇ ਵੀ ਕੋਈ ਕਮਜ਼ੋਰੀ ਨਹੀਂ ਆਉਂਦੀ। ਮੈਂ ਸਾਹਮਣੇ ਹੈਗੀ ਕਿ ਹੁਣ ਤੱਕ 75 ਵਾਰ ਖੂਨਦਾਨ ਕਰਕੇ ਕਦੇ ਵੀ ਮੈਨੂੰ ਕਦੇ ਕੋਈ ਕਮਜ਼ੋਰੀ ਨਹੀਂ ਆਈ। ਮੈਂ ਜੋਬ ਵੀ ਕਰਦੀ ਹੈਗੀ, ਸਰਕਾਰੀ ਨੌਕਰੀ ਕਰ ਰਹੀ ਹਾਂ, ਔਰ ਮੈਂ ਘਰ ਦਾ ਕੰਮ ਵੀ ਦੇਖਦੀ ਹਾਂ, ਕਦੇ ਵੀ ਮੈਨੂੰ ਕਦੇ ਕੋਈ ਪ੍ਰੋਬਲਮ। ਬਲਵੰਤ ਸਿੰਘ ਜੀ, ਜਦੋਂ ਤੁਸੀਂ ਖੂਨਦਾਨ ਕਰਦੇ ਜੇ ਉਸ ਤੋਂ ਕੁਝ ਦੇਰ ਬਾਅਦ ਤੁਹਾਨੂੰ ਜ਼ਰੂਰ ਥੋੜ੍ਹੀ ਜਿਹੀ ਕਮਜ਼ੋਰੀ ਤਾਂ ਮਹਿਸੂਸ ਹੁੰਦੀ ਹੋਏਗੀ, ਕਿੰਨੀ ਕੁ ਦੇਰ 'ਚ ਰਿਕਵਰ ਹੋ ਜਾਂਦਾ ਕਿ ਬੰਦਾ ਬਿਲਕੁਲ ਨੋਰਮਲ ਤੁਰਨ ਫਿਰਨ ਲੱਗ ਜਾਏ? ਨਹੀਂ ਮੈਡਮ, ਕੋਈ ਮਨਜ਼ੂਰੀ ਆਪਣੇ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ, ਕਿਉਂਕਿ ਅਸੀਂ ਕਈ ਵਾਰ ਬਲੱਡ ਡੋਨੇਸ਼ਨ ਕੈਂਪ ਅਸੀਂ ਆਪਣੇ ਵੀ ਲਾਉਂਦੇ ਹਾਂ ਬਾਬਾ ਸ਼ੇਖ ਫਰੀਦ ਬਲੱਡ ਡੋਨਰ ਕੌਂਸਲ ਵੱਲੋਂ, ਤਾਂ ਅਸੀਂ ਕਈ ਵਾਰ ਉਹ ਡੇਟ ਵਿੱਚ ਜਿਵੇਂ ਅਸੀਂ ਸਾਲ ਦੇ ਵਿੱਚ 4 ਡੇਟਾਂ ਮਿੱਥੀਆਂ ਹੋਈਆਂ, ਅਸੀਂ 1 ਜਨਵਰੀ ਨਵੇਂ ਕੱਪੜੇ ਪਾ ਕੇ ਸਭ ਤੋਂ ਪਹਿਲਾਂ PGE ਜਾ ਕੇ ਬਲੱਡ ਡੋਨੇਟ ਕਰਦੇ ਹਾਂ, ਉਸ ਤੋਂ ਬਾਅਦ ਫਿਰ 7/4/1991 ਨੂੰ ਵਰਲਡ ਹੈਲਥ ਡੇ ਹੁੰਦਾ ਉਹਦੇ 'ਤੇ ਬਲੱਡ ਡੋਨੇਟ ਕਰਦੇ ਹਾਂ, ਤੀਸਰੀ ਵਾਰ ਅਸੀਂ ਕਰਦੇ ਹਾਂ ਆਪਣੀ ਮੈਰਿਜ ਯੂਨੀਵਰਸਿਟੀ 'ਤੇ 5 ਜੁਲਾਈ ਨੂੰ, ਹਰ ਵਾਰ ਪਿਛਲੇ 15 ਸਾਲ ਤੋਂ ਤਾਂ ਇਹ ਕੰਟੀਨਿਊ ਹੁੰਦਾ ਆ ਰਿਹਾ। ਫਿਰ 1 ਅਕਤੂਬਰ ਨੂੰ ਨੈਸ਼ਨਲ ਬਲੱਡ ਡੋਨੇਸ਼ਨ ਡੇ ਹੁੰਦਾ, ਅਸੀਂ ਉੱਥੇ ਕਰਦੇ ਹਾਂ, ਸਾਲ ਦੇ ਵਿੱਚ 4 ਵਾਰੀ ਕਰਦੇ ਹਾਂ, ਪਰ ਕਮਜ਼ੋਰੀ ਵਾਲੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ। ਪਰ ਕੁਝ ਖਾਸ ਕਾਰਨ ਇਸ ਪਿੱਛੇ ਕਿ ਤੁਸੀਂ ਕੁਝ ਖਾਸ ਮੌਕਿਆਂ 'ਤੇ ਬਲੱਡ ਡੋਨੇਟ ਕਰਦੇ ਜੇ, ਕੋਈ ਹੋਰ ਦਿਨਾਂ 'ਚ ਕਦੇ ਕਰਦੇ ਨਹੀਂ? ਇਸ ਦਾ ਮੈਡਮ ਕਾਰਨ ਇਹ ਹੈ ਕਿ ਜਿਵੇਂ ਆਪਣੇ ਇੰਡੀਆ ਦੇ ਵਿੱਚ ਇਹਨਾਂ ਨੇ ਸਟੈਂਡਰਡ ਮਿੱਥਿਆ ਹੋਇਆ ਵੀ 90 ਦਿਨਾਂ ਬਾਅਦ ਤੁਸੀਂ ਕਰ ਸਕਦੇ ਹਾਂ, ਸੈੱਲ ਤੁਹਾਡੇ ਪੂਰਨ ਹੋ ਜਾਂਦੇ ਆ, ਅਤੇ ਇਹ ਜਿਹੜੀਆਂ 4 ਡੇਟਾਂ ਹੈਗੀਆਂ ਇਹ 90 ਦਿਨਾਂ ਦੇ ਵਿੱਚ 88 ਤੋਂ 90 ਦਿਨਾਂ ਦੇ ਵਿੱਚ ਹੀ ਆਉਂਦੀਆਂ। ਜੀ, ਅਸੀਂ ਚਰਚਾ ਇਸ ਤਰ੍ਹਾਂ ਜਾਰੀ ਰੱਖਾਂਗੇ, ਪਰ ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ, ਕੀ ਨਾਂ ਹੈ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਇੰਦਰਜੀਤ ਮਾਨੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਜੀ, ਮੈਂ ਸਵਰਨ ਸਿੰਘ ਭੱਟੀ ਫਤਿਹਗੜ੍ਹ ਪੁਰੀ ਤੋਂ ਮੋਗੇ ਤੋਂ ਬੋਲ ਰਿਹਾ। ਹਾਂਜੀ, ਸਵਰਨ ਸਿੰਘ ਜੀ, ਕੀ ਕਹਿਣਾ ਚਾਹੋਗੇ? ਕਹਿਣਾ ਮੈਂ ਜੀ, ਪਹਿਲਾਂ ਤਾਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਜਿਹੜਾ ਇਹਨਾਂ ਨੇ ਇੰਨੀ ਵਾਰੀ ਖੂਨਦਾਨ ਕੀਤਾ ਜੀ, ਤੇ ਵਧਾਈ ਦੇ ਪਾਤਰ ਹੈ ਜੀ, ਬਿਲਕੁਲ। ਤੇ ਦੂਜੇ ਨੰਬਰ ਤੇ ਮੈਡਮ ਇਹ ਗੱਲ ਕਰਨਾ ਚਾਹੁੰਦਾ ਵੀ ਜਦੋਂ ਆਪਾਂ ਖੂਨਦਾਨ ਕਰਦੇ ਹਾਂ ਤੇ ਆਪਾਂ ਨੂੰ ਖਾਣ ਪੀਣ ਦੇ ਮਤਲਬ ਕਿਹੜੀ ਕਿਹੜੀ ਚੀਜ਼ ਖਾਣੀ ਚਾਹੀਦੀ ਜਿਹਦੇ ਨਾਲ ਆਪਾਂ ਵੀ ਦੁਬਾਰੇ ਆਪਣਾ ਖੂਨ ਤਿਆਰ ਕਰਕੇ ਤੇ ਦੁਬਾਰੇ ਦੇਣ ਦੇ ਕਾਬਲ ਬਣਾ ਸਕਦੇ ਹਾਂ ਜੀ? ਜੀ ਬਿਲਕੁਲ, ਤੁਹਾਡਾ ਇਸ ਦਾ ਜਵਾਬ ਦੇਣਗੇ। ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਜਸਵੰਤ ਕੌਰ ਜੀ, ਉਹ ਤੋਂ ਖਾਣ ਪੀਣ ਵਾਸਤੇ ਜ਼ਰੂਰ ਕੁਝ ਸੁਝਾਅ ਲੈਣਾ ਚਾਹੁੰਦੇ ਨੇ, ਪਰ ਇਸ ਤੋਂ ਪਹਿਲਾਂ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਣਗੇ, ਇਹਨਾਂ ਦਾ ਜਵਾਬ ਦੇਵਾਂਗੇ ਆਪਾਂ, ਪਰ ਇੱਕ ਕਾਲਰ ਹੋਰ ਸੁਣ ਲੈਣੇ ਕੀ ਕਹਿਣਾ ਉਹਨਾਂ ਦਾ। ਹੈਲੋ, ਕੀ ਨਾਂ ਹੈ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹੈਲੋ, ਹਾਂਜੀ, ਕੀ ਬਣਾਇਆ ਤੁਹਾਡਾ? ਮੇਰਾ ਨਾਮ ਸਰਬਜੀਤ ਸਿੰਘ ਲੱਖੋਵਾਲ। ਹਾਂਜੀ ਸਰਬਜੀਤ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਂ ਮੋਹਾਲੀ ਤੋਂ ਬੋਲ ਰਿਹਾ। ਹਾਂਜੀ, ਕੀ ਕਹਿਣਾ ਚਾਹੋਗੇ? ਇੱਕ ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਖੂਨਦਾਨ ਦਾ ਅਗਰ ਆਪਾਂ ਕਰਦੇ ਤੇ ਇਹਦਾ ਹੈਲਥ ਉੱਤੇ ਕੀ ਇਫੈਕਟ ਪਏਗਾ, ਤੇ ਸੈਕਿੰਡਲੀ ਅਗਰ ਅਸੀਂ ਰੈਗੂਲਰਲੀ ਕਰਨਾ ਚਾਹੁੰਦੇ ਆ ਤੇ ਇਹਦੇ ਚ ਮਿਨੀਮਮ ਕਿੰਨੇ ਚਿਰ ਦਾ ਗੈਪ ਰੱਖਣਾ ਚਾਹੀਦਾ? ਜੀ ਬਿਲਕੁਲ, ਤੁਹਾਡੇ ਸਵਾਲਾਂ ਦਾ ਜ਼ਰੂਰ ਜਵਾਬ ਦੇਣਗੇ। ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤਾਂ ਇਸ ਤੋਂ ਪਹਿਲਾਂ ਜਿਹੜੇ ਕਾਲਰ ਸੀਗੇ ਸਵਰਨ ਸਿੰਘ ਜੀ, ਉਹ ਪੁੱਛ ਰਹੇ ਸੀ ਕਿ ਕੁਝ ਸਾਨੂੰ ਖਾਣਾ ਪੀਣਾ ਚਾਹੀਦਾ। ਹਾਂਜੀ ਮੈਡਮ, ਫਤਿਹਗੜ੍ਹ ਸਾਹਿਬ ਤੋਂ ਜਿਹੜਾ ਜਵਾਬ ਆਇਆ, ਉਹਨਾਂ ਨੇ ਇਹ ਪੁੱਛਿਆ ਹੈਗਾ ਕਿ ਸਾਨੂੰ ਖੁਰਾਕ ਕਿਸ ਤਰ੍ਹਾਂ ਦੀ ਖਾਣੀ ਚਾਹੀਦੀ ਆ। ਇਹਦੇ ਵਿੱਚ ਕੋਈ ਜ਼ਿਆਦਾ ਖੁਰਾਕ ਦੀ ਲੋੜ ਨਹੀਂ ਹੁੰਦੀ ਹੈਗੀ, ਸਿਰਫ ਸਾਨੂੰ ਇਹ ਹੈਗਾ ਬਲੱਡ ਨੂੰ ਪੂਰਾ ਕਵਰ ਕਰਨ ਦੇ ਖਾਤਰ ਸਾਨੂੰ ਆਇਰਨ ਦੇ ਕੈਪਸੂਲ ਵਗੈਰਾ ਖਾਣੀ ਚਾਹੀਦੀ ਆ, ਚੰਗੀ ਸਾਫ਼ ਸੁਥਰੀ ਖੁਰਾਕ ਖਾਣੀ ਚਾਹੀਦੀ ਆ। ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਕਿ ਸਾਡੀ ਸੋਚ ਵਧੀਆ ਹੋਣੀ ਚਾਹੀਦੀ ਹੈ। ਜੇ ਤੁਹਾਡੀ ਸੋਚ ਵਧੀਆ ਹੈਗੀ ਆ ਤਾਂ ਫਿਰ ਮੇਰਾ ਖਿਆਲ ਆ ਵੀ ਉੱਥੇ ਖੁਰਾਕ ਦੀ ਵੀ ਲੋੜ ਨਹੀਂ ਪੈਂਦੀ ਹੈਗੀ। ਸਾਨੂੰ ਖੂਬ ਹੱਸਣਾ ਚਾਹੀਦਾ ਹੈਗਾ, ਹੱਸਣ ਦੇ ਨਾਲ ਵੀ ਕਹਿੰਦੇ ਇਹ ਹੱਸਣਾ ਜਿਹੜੀ ਹੈਗੀ ਆ ਇਹ ਵੀ ਸਾਡੀ ਬਹੁਤ ਵੱਡੀ ਖੁਰਾਕ ਹੈਗੀ ਆ। ਜਿਸ ਤਰ੍ਹਾਂ ਅਸੀਂ ਬੈਠੇ ਹੈਗੇ ਹਾਂ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੀ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਈ। ਅਸੀਂ ਹੁਣ ਤੱਕ ਜੇ 75 ਵਾਰ ਖੂਨਦਾਨ ਕਰਕੇ ਵੀ ਸਾਡੀ ਸਿਹਤ ਬਿਲਕੁਲ ਬਰਕਰਾਰ ਹੈ, ਕਦੇ ਵੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ। ਇਸੇ ਤਰ੍ਹਾਂ ਮੇਰਾ ਤਾਂ ਸੁਝਾਅ ਇਹ ਹੈਗਾ ਕਿ ਇਹਦੇ 'ਚ ਕੋਈ ਸਪੈਸ਼ਲ ਖੁਰਾਕ ਦੀ ਕੋਈ ਲੋੜ ਨਹੀਂ ਹੁੰਦੀ ਹੈਗੀ, ਨੋਰਮਲ ਖੁਰਾਕ ਖਾਓ। ਅਤੇ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਮੈਂ ਪਿਓਰ ਵੈਜੀਟੇਰੀਅਨ ਹਾਂ, ਮੈਂ ਕਦੇ ਵੀ ਕੋਈ ਚਿਕਨ ਵਗੈਰਾ ਵੀ ਨਹੀਂ ਖਾਧਾ ਹੈਗਾ। ਅਤੇ ਮਤਲਬ ਜੇ ਕੋਈ ਸੋਚੇ ਹੈਗੇ ਤਾਂ ਵੀ ਖੁਰਾਕ ਦੀ ਲੋੜ ਹੈਗੀ, ਐਕਸਟਰਾ ਲੋੜ ਪੈਂਦੀ ਹੈ, ਬਲੱਡ ਕਦੇ ਵੀ ਲੋੜ ਨਹੀਂ, ਕਿਉਂਕਿ ਇੱਕ ਪਰਮਾਤਮਾ ਨੇ ਐਸਾ ਗਿਫਟ ਦਿੱਤਾ ਵਾ ਸਾਨੂੰ, ਇਹ ਪਰਮਾਤਮਾ ਵੱਲੋਂ ਹੀ ਗੋਡ ਗਿਫਟ ਆ, ਜਿਹੜਾ ਜਿੰਨਾ ਅਸੀਂ ਬਲੱਡ ਦਿੰਦੇ ਹਾਂ ਉਨਾ ਬਲੱਡ ਵੱਧਦਾ ਸਾਡੇ ਅੰਦਰ। ਜੀ ਬਿਲਕੁਲ, ਜਿਵੇਂ ਸਰਬਜੀਤ ਜੀ ਕਹਿ ਰਹੇ ਸੀ ਕਿ ਕਿੰਨੀ ਕੁ ਗੈਪ ਹੋਣਾ ਚਾਹੀਦਾ ਵਿੱਚ? ਹਾਂਜੀ, ਇਸ ਦਾ ਜਿਹੜਾ ਗੈਪ ਹੈਗਾ ਸਾਡੇ ਇੰਡੀਅਨ ਸਟੈਂਡਰਡ ਦੇ ਮੁਤਾਬਕ ਉਹ 90 ਦਿਨ ਦਾ ਗੈਪ ਹੋਣਾ ਚਾਹੀਦਾ ਹੈਗਾ।
तीन महीनों बाद असी खूनदान कर सकते हैं। जिमें असी भी साल के अपने चार दिन सिलैक्ट किए हुए है उस तरह का जो असी कोई टारगेट लैके चलते हैं अचीवमेंट साड़ी फेर ही होंगी हैगी है ना। सानू अपना टारगेट लैके जरूर चलना चाहिए है भी असी तीन महीने तो बाद। हाँ जी जी बिल्कुल, तो तीन महीने बाद खूनदान कर सकते हो। एक होर कॉलर साढ़े नाल जुड़े हुए हैं। हैलो, की नाम है तुहाडा, कित्थों बोल रहे हो? हैलो हैलो जी, मेरा नाम भूप सिंह है ते मैं अबोहर तो बोल रहा हां। हां जी भूप सिंह जी, की कहना चाहोगे? जी मैं ये कहना चाहुंदा कि एक आम बंदे दे अंदर किन्ना खून हुंदा है ते ओ एक टाइम दे विच किन्ना खून जिहड़ा हैगा है। हां जी लगता है उन्होंने कॉल कट गया है ते लोगों को बड़े शंका होंगे कि साढ़े च किन्ने एक ग्राम खून हैगा ते किन्ना नहीं, इसलिए असं दस दिए कि इसलिए तुहानू थोड़ा जा चेक करवाना पेगा कि किन्ना HB है तुहाडे दे विच। इहदे इहदा जवाब मैं मैडम इंदर जी का देना चाहुंदी हां कि शरीर अंदर 5 to 6 kilo 5 to 6 liter ब्लड होंदा हैगा, ठीक है? ते असीं जदों ब्लड डोनेट करना हैगा ओह 250 to 300 ml तक ब्लड डोनेट करना, सिर्फ जिहनूं आपां पेंडू तरीके नाल कह दईए कि पाइक 250 gram ब्लड होंदा हैगा, ठीक है? डोनेट करना उहदे नाल सानूं कोई फर्क नहीं पैंदा। हुण कई मैनूं इदां पुछणगे कि मैडम तुहाडे शरीर दे अंदर अपने शरीर अंदर तां 5 to 6 liter ब्लड हुंदा ते तुसीं हुण तक 86 liter पूरे परिवार ने किवें दित्ता? ते मैं उही पहलां जिवें मैं दस्सिया मैं रिपीट करना चाहुंदी हां कि जिन्ना असीं ब्लड दिंदे आ उन्ना साडे शरीर अंदर वधदा है, पर इस दे नाल ही ब्लड ग्रुप च टेस्ट करवाउणा वी बहुत जरूरी हुंदा है। एक होर कॉलर साडे नाल जुड़े हुए ने। हैलो, की नाम है तुहाडा, कित्थों बोल रहे हो? हां जी गुड मॉर्निंग मैडम। हां जी गुड मॉर्निंग जी, कित्थों बोल रहे हो? मैं मुक्तसर साहब तो बोल रहा हूं, मैं एक सर्विसमैन हां आर्मी से रिटायरमेंट। हां जी, की नाम है तुहाडा? मेरा नाम एसी सिंह है। 18 साल मैं उसे सर्विस की थी, तकरीबन 18 बार मैं अपना ब्लड दिया। हां जी बहुत बढ़िया गल है जी, तुसी ब्लड डोनेट किया है अपना, ते कुछ और कहना चाहोगे तुसी? मैं ना दर्शकों को ये दसना चाहना जी, तुसी ए गुरु ने तुम्हें एक कृपा दे नाम तुसी नॉर्मल खुराक खांदे रहो, वर्जिश करदे रहो, ਤੁਸੀਂ ਖੂਨ ਦੇਵੋਗੇ ਉਹ ਮਾਲਕ ਤੁਹਾਨੂੰ ਉਸੇ ਤਰ੍ਹਾਂ ਹੀ ਮਤਲਬ ਤੁਹਾਡੇ ਸਿਰ ਸਾਰਾ ਉਦੋਂ ਜ਼ਿਆਦਾ ਮਦਦ ਦਿੰਦਾ ਰਹਿੰਦਾ। ਥੈਂਕ ਯੂ जी बिल्कुल, तुहाडा कॉल करने लई बहुत बहुत धन्नवाद। तो ये भी जिहड़े सीगे सज्जन ने काफ़ी डोनेट कर चुके हैं। एक होर कॉलर साढ़े नाल जुड़े हुए ने। हैलो, की नाम है तुहाडा, कित्थों बोल रहे हो? हैलो, हाँ जी, की नाम है तुहाडा? सत श्री अकाल मैडम जी। सत श्री अकाल जी, कित्थों बोल रहे हो? दविंदर सिंह मोगा। हाँ जी दविंदर सिंह जी, की कहना चाहोगे? अजी ये पूछना चाहुंगा जी, मतलब कितने खूनदान कर सकते हैं? हाँ जी, थोड़ा जवाब जरूर देंगे, थोड़ा कॉल करने लिए बहुत बहुत धन्यवाद। बलवंत सिंह जी जानना चाहते हैं कि कितने खूनदान किया जा सकता है? एक्चुअल खूनदान मोस्टली तो सानू सरकारी ब्लड बैंक दे विच ही देना चाहिए है, क्योंकि उत्थे हर लोड़वंद गरीब नू ब्लड डोनेट जो किया हुंदा मिल जाता है, इस करके प्रेफरेंस सानू सरकारी ब्लड बैंक नू ही देनी चाहिए जी। इस तो अलावा जिवें इन्हां नू थोड़ा जिहा दस दिए कि रेड क्रॉस सोसाइटी जिहड़ी हैगी है उत्थे खूनदान बड़ी आसानी नाल कीता जा सकदा है। तुसीं भी इस संस्था दे विच कई बार खूनदान कीता है, ते इस तो अलावा तुहाडी अपनी भी बाबा शेख फरीद संस्था तुसीं बनाई हुई है खूनदान करन लई, तो उस नाल किन्ने कु मैंबर जुड़े हुए ने? ਸਾਡੇ ਨਾਲ ਮੈਂਬਰ ਸਾਡੇ ਕੋਲ ਜੋ ਰਿਕਾਰਡ ਹੈ ਉਹ 5,000 ਕਲੀਬ ਮੈਂਬਰਾਂ ਦਾ, ਜਿਨ੍ਹਾਂ ਦੇ ਬਲੱਡ ਗਰੁੱਪ ਵੀ ਅਸੀਂ ਦਿੱਤੇ ਹੋਏ ਆ, ਐਡਰੈਸ ਵੀ ਸਾਡੇ ਕੋਲ ਆ, ਬਲਕਿ ਉਹਨਾਂ ਦੇ ਮੋਬਾਈਲ ਨੰਬਰ ਵੀ ਹੈ। ਕੋਈ ਐਮਰਜੈਂਸੀ ਕਾਲ ਦੇ ਵਿੱਚ ਕਿਸੇ ਵੀ ਬਲੱਡ ਬੈਂਕ ਦੇ ਵਿੱਚ ਕਿਸੇ ਖਾਸ ਗਰੁੱਪ ਦੀ ਘਾਟ ਹੁੰਦੀ ਹੈ ਤਾਂ ਸਾਡੇ ਨਾਲ ਸੰਪਰਕ ਕਰਕੇ ਅਸੀਂ ਉਹਦੀ ਹੈਲਪ ਕਰ ਸਕਦੇ। ਹਾਂ ਜੀ ਬਿਲਕੁਲ, ਬਹੁਤ ਵਧੀਆ ਕਾਰਜ ਕਰ ਰਹੇ ਹੋ ਤੁਸੀਂ। ਆਪਾਂ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਉਸ ਤੋਂ ਪਹਿਲਾਂ ਲੈ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ब्रेक तो बाद थोड़ा मुड़ तो स्वागत है। असं दस दिए कि बलवंत सिंह जी ते जसवंत कौर जी साडे स्टूडियो च मौजूद ने, जिन्हां दे लिमका बुक ऑफ रिकॉर्ड्स दे विच भी नाम दर्ज है खूनदान करन दे वजो। विश्व दे पहले कपल ने, पहले जोड़े ने जो कि जिन्हां ने खूनदान इन्नी देर तो करदे आ रहे ने, इन्हां नाल चर्चा करदे आ सी। तुसीं काफ़ी देर तो खूनदान करदे आ रहे हो, तुसीं जसवंत कौर जी महिला लई तां इक बहुत वड्डी मिसाल हो कि खूनदान कर रहे हो, क्योंकि महिलावां अगे नहीं आंदियां इस दे विच, पर तुहाडे बच्चे भी ने जिहड़े वध चढ़ के इन्हां दे विच हिस्सा लै रहे ने। ਹਾਂਜੀ, ਇਸ ਤਰ੍ਹਾਂ ਇੰਦਰਜੀਤ, ਜਿਸ ਤਰ੍ਹਾਂ ਤੁਸੀਂ ਮਹਿਲਾਵਾਂ ਦੀ ਗੱਲ ਕੀਤੀ ਹੈਗੀ ਹੈ, ਮਹਿਲਾਵਾਂ ਨੂੰ ਪਤਾ ਨਹੀਂ ਜਿੰਨੀਆਂ ਮਰਜ਼ੀ ਉਹ ਜਾਗਰਿਕ ਹੋ ਜਾਣ ਜਾਂ ਜਿੰਨੀਆਂ ਮਰਜ਼ੀ ਉਹ ਮਤਲਬ ਆਪਣੇ ਵੱਡੇ ਅਹੁਦਿਆਂ 'ਤੇ ਪਹੁੰਚ ਜਾਣ, ਪਰ ਫਿਰ ਵੀ ਉਹਨਾਂ ਦੇ ਅੰਦਰ ਦਾ ਕੋਈ ਡਰ ਜਿਹੜਾ ਹੈਗਾ ਉਹਨੂੰ ਅੰਦਰ ਖਾਂਦਾ ਰਹਿੰਦਾ ਹੈਗਾ, ਉਹ ਅੱਗੇ ਨਹੀਂ ਆਉਂਦੀਆਂ।
मैं हर एक नूं अपने कैंपां दे विच वी जिस तरह कि मैं तुसीं दस्या हैगा कि मेरी संस्था बनी हुई है बाबा शेख फरीद ब्लड डोनर कौंसल, उसके जरिए मैं हुण तक 122 कैंप लगा चुकी हाँ। तो मैं अपने कैंपां दे विच भी हमेशा ही औरत नूं मोटीवेट करदी हाँ कि जे औरत ही एक इस काम दे विच अगे आ जाए तो सारा परिवार आ जिहड़ा खूनदानी बन जाएगा, क्योंकि सोच आ जिहड़ी हैगी एक औरत ने बदलनी है। घर दे विच जे औरत दा पॉजिटिव योगदान हैगा उसका परिवार आ जिहड़ा सारा ही चंगे काम दे विच लग जाएगा। बिल्कुल तुहाडे परिवार नूं तुहाडे तों ही प्रेरणा मिली है। कुछ कॉलर साडे नाल जुड़े होए ने, सुनदे की कहना उहनां दा। हैलो, की नाम है तुहाडा, कित्थों बोल रहे हो? हैलो, मैं जी शाहकोट तों सुरेंद्र कुमार सोफती बोल रहा जी। हाँ जी सुरेंद्र कुमार जी, की कहना चाहोगे? हाँ जी, मैं कह रहा जी मैं भी खून दो बारी दे चुका हां, बाकी मैं हर वेले खून चेक करा के जिहड़ा भी मेरा ग्रुप आ मैं हर वेले कोल तैयार रहिंदा वां, जो भी किसी को लोड़ पैंदी ते मैं एक मिनट लाउना वे उस वेले खून देन वास्ते तुर पैंदा वा। बाकी नंबर दो ते खून दे के जिहड़े मन नूं सुकून मिलदा जी, ये मेरा ख्याल होर जिन्ने मर्जी तुसीं कोई भी काम कर लो इन्ना सुकून कदे भी नहीं मिलदा। नंबर दो ते मैं ये कहना चाहुंदा जो भी तुसीं खून दे के आउंदे ना एक तुसीं चढ़दी कला सोच लैके अपने आओ हमेशा ही भी ये कोई इहदा आपणे इहदे फायदे होए आ, हमेशा हसदे रहो खुश रहो, मतलब तुसीं जदों खुश रहोगे ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ, ਕਿਉਂਕਿ ਤੁਸੀਂ ਜਦੋਂ ਨੈਗੇਟਿਵ ਸੋਚੋਗੇ ਤੁਹਾਡੇ ਦਿਮਾਗ 'ਚ ਕਹੋਗੇ ਪਤਾ ਨਹੀਂ ਮੈਨੂੰ ਕਿੰਨਾ ਕਿਹੜਾ ਘਾਟਾ ਪੈ ਗਿਆ, ਬਸ ਖੂਨ ਦਿਓ ਸਭ ਤੋਂ ਵੱਡਾ ਦਾਨ ਹੈ ਜੀ। जी बिल्कुल सुरेंद्र कुमार जी, बहुत वधिया गल कही कि इस नाल कोई घाटा नहीं हुंदा, सगो चढ़दी कला च रहना चाहिए। एक होर कॉलर साडे नाल जुड़े हुए ने। हैलो, की नाम है तुहाडा, कित्थों बोल रहे हो? ਸਤਿ ਸ਼੍ਰੀ ਅਕਾਲ ਮੈਡਮ ਜੀ, ਮੈਂ ਮੋਗੇ ਤੋਂ ਬੋਲਦੀ ਹਾਂ, ਸਰਬਜੀਤ। ਹਾਂਜੀ ਸਰਬਜੀਤ ਕੌਰ ਜੀ, ਸਵਾਗਤ ਹੈ ਤੁਹਾਡਾ, ਕੀ ਕਹਿਣਾ ਚਾਹੋਗੇ? ਜੀ ਪਹਿਲਾਂ ਤਾਂ ਮੈਂ ਆਏ ਮਹਿਮਾਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਇਹਨਾਂ ਨੇ ਇੰਨੇ ਵਾਰੀ ਖੂਨਦਾਨ ਕੀਤਾ। मैडम मैं खून दान करना चाहनी हां, पहली बार मैं खून दान करना चाहनी, पर मेरे च इस टाइम 9 ग्राम खून आ ते मैं खून दान कर सकदी? हाँ जी बिल्कुल, तुहाडा ये जवाब देंगे मैडम। कॉल करने लिए बहुत बहुत धन्यवाद। तो जानना चाहते हैं कि 9 ग्राम खून है तो कि खूनदान कर सकते हैं? मैडम मैं इंद्रजीत मैडम जिन्होंने सरजीत मोगे तो इन्होंने फोन किया तो मैं इन्हों का बहुत धन्यवाद करना चाहनी हाँ कि सानू इन्होंने बड़ा पसंद किया। जितों तक खूनदान करने की गल हैगी कि इन्हां च जिहड़ा 9 ग्राम खून आ बहुत घट हैगा, जे असीं खूनदान करना तो 12 ग्राम तो उपर साडे च खून होना चाहिए हैगा। सो मैं इन्हां नूं सुझाव देना चाहनी हाँ कि तुसीं आयरन दे कैप्सूल जरूर खाओ और नाल तुसी चंगीयां सब्जियां पनीर वगैरह खाओ ते सोच अपनी वधिया रखो, जदों भी तुहाडे दे वी तुहाडा हीमोग्लोबिन 12 तो उपर हो गया तां तुसीं खूनदान जरूर करके आओ। जी बिल्कुल, बलवंत सिंह जी तुहाडे तों जानना चाहांगे कि कुछ मर्दां लई कुछ खास टिप्स, उहनां नूं कुछ होर खाणा चाहीदा स्पेसिफिक इस वास्ते? वैसे तो ये कोई ज़्यादा किसी भी चीज़ की जरूरत नहीं है, खुराक जी आम खुराक खाते हैं वो ही ब्लड बनता रहता, क्योंकि ये परमात्मा का दिता हुआ गिफ्ट है, कोई खुराक ने तो देना नहीं है, ये रब का दिता हुआ गिफ्ट है, यू जिन्ना ज़्यादा वंडोगे उन्ना साफ सुथरा तो अंदर बनेगा, प्लस नाल अगले की भलाई भी होएगी, मरीज बैड तो उठ खड़नगे, किसी प्यो का पुत है माँ का पुत है या भैन का भरा है वो बच के घरे आ जाएगा। जी बिल्कुल, जसवंत कौर जी कहते हैं कि औरतों को खुराक की थोड़ी जी ज़्यादा लोड़ होंगी है, आयरन की ज़्यादा लोड़ होंगी है, तो इस बारे कोई सुझाव देना चाहोगे औरतों को? हाँ जी, लोड़ तो होंगी हैगी, मैं हमेशा ही गल कहनी होंगी कि जी औरत होंगी हैगी हमेशा अपने बच्चों का अपने हसबेंड का अपने रिश्तेदारों का उन्हों का सोचती है, जो घर के उन्हें रोटी भी पकानी होंगी है तो वह कहूगी जिन्नी जड़िया रोटियां सड़ गई मैं खाऊंगी बाकी मैं अपने सारे घरदों को खवा दिनी है ना। सो मेरा सुझाव हैगा भी जे औरत ही तंदुरुस्त होगी, औरत मजबूत होगी, मानसिक तौर पर मजबूत होगी, अंदरूनी तौर पर वह मजबूत होगी तो ही अपने घर का विकास कर सकती हैगी है, जो वह मजबूत आ तो खूनदान भी कर सकती हैगी, घर का काम भी संभाल सकती है, इस करके औरत को खुराक जरूर खानी चाहिए है, चंगी खुराक खाओ चंगी सोच रखो। जसवंत कौर जी कॉलर होर साडे नाल जुड़े हुए ने। हैलो, की नाम है तुहाडा, कित्थों बोल रहे हो? सत श्री अकाल जी, की नाम है तुहाडा? कुलदीप सिंह जी। हाँ जी, कित्थों बोल रहे हो कुलदीप सिंह जी? वांडर रोड तो बोल रहे। हाँ जी, की कहना चाहोगे? मैडम मैं यही कहना चाहना जो तुम प्रोग्राम चला रहे हो खूनदान का, यह बहुत वधिया जी, ये आम लोगों जागृति आऊगी, तो जे 70% मान लो लोग डरते हैं खून देने तो ही कह देते भी जो ब्लड दे जाके ब्लड वधन लग जू तो अटैक हो सकता है, शंके दूर करना चाहांगे। शंके तां जरूर हुंदे हैगे इंद्रजीत मैडम, जदों बंदा अवेयर नहीं हुंदा तां हर पासों शक हुंदा हैगा हां कि मैं जे खूनदान करता तां मैं गिर ना जावां, क्योंकि असीं पहलां जदों मैं कैंप लगाउंदी सीगी
ਮੈਂ ਉਦੋਂ ਕਈ ਇਸ ਤਰ੍ਹਾਂ ਦੇ ਡੋਨਰ ਆਉਂਦੇ ਸੀ, ਅਸੀਂ ਉਹਨਾਂ ਨੂੰ ਜ਼ਬਰਦਸਤੀ ਲੈ ਕੇ ਆਉਣਾ ਸੀ, ਕਹਿਣਾ ਤੁਸੀਂ ਇੱਕ ਵਾਰੀ ਬਲੱਡ ਦਿਓ ਤਾਂ ਸਹੀ, ਤੁਸੀਂ ਬਲੱਡ ਦੇ ਕੇ ਦੇਖੋ ਤੁਹਾਨੂੰ ਕਿੰਨਾ ਮਨ ਨੂੰ ਸਕੂਨ ਮਿਲੂਗਾ, ਤੁਹਾਨੂੰ ਸ਼ਾਂਤੀ ਮਿਲਣੀ ਹੈਗੀ ਆ। ਪਰ ਜਦੋਂ ਉਹ ਪਹਿਲਾਂ ਬਹੁਤ ਡਰਦੇ ਸੀਗੇ, ਜਦੋਂ ਉਹਨਾਂ ਨੂੰ ਅਸੀਂ ਇੱਕ ਵਾਰੀ ਉਹਨਾਂ ਦਾ ਬਲੱਡ ਡੋਨੇਟ ਕਰਵਾ ਦਿੰਦੇ ਤਾਂ ਉਸ ਤੋਂ ਬਾਅਦ ਸਾਡੇ ਨਾਲ ਹਮੇਸ਼ਾ ਹੀ ਉਹ ਡੋਨਰ ਹਮੇਸ਼ਾ ਵਾਸਤੇ ਜੁੜਿਆ ਹੋਇਆ। ਅਤੇ ਅੱਜ ਮਤਲਬ ਇਹ ਸਥਿਤੀ ਆਈ ਹੈ ਕਿ ਸਾਡੇ ਕੋਲ 5000 ਡੋਨਰਾਂ ਦੀ ਲਿਸਟ ਬਣੀ ਹੋਈ ਆ, ਕੰਪਿਊਟਰਾਈਜ਼ ਹੈਗੀ ਆ, ਅਸੀਂ ਸਭ ਦੇ ਟੈਲੀਫੋਨ ਨੰਬਰ ਵਗੈਰਾ ਨੋਟ ਕੀਤੇ ਹੋਏ ਆ, ਜਦੋਂ ਜਦੋਂ ਸਾਡੇ ਕੈਂਪ ਲੱਗਦੇ ਆ ਅਸੀਂ ਉਹਨਾਂ ਨੂੰ ਕਾਲ ਕਰਦੇ ਹੈਗੇ ਆ। ਤੇ ਇਸ ਕੰਮ ਦੇ ਵਿੱਚ ਮਤਲਬ ਜਦੋਂ ਇੱਕ ਵਾਰੀ ਬੰਦਾ ਆ ਜਾਂਦਾ ਹੈਗਾ ਡੋਨਰ, ਫਿਰ ਨਹੀਂ ਉਹ ਪਿੱਛੇ ਮੁੜ ਕੇ ਦੇਖਦਾ ਹੈਗਾ। ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ। ਹੈਲੋ, ਕੀ ਨਾਮ ਹੈ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਨਮਸਤੇ ਮੈਡਮ ਜੀ। ਨਮਸਤੇ ਜੀ, ਕੀ ਨਾਮ ਹੈ ਤੁਹਾਡਾ? ਮੈਡਮ ਜੀ, ਮੇਰਾ ਨਾਮ ਅਵਤਾਰ ਸਿੰਘ ਹੈ। ਹਾਂਜੀ, ਕਿੱਥੋਂ ਬੋਲ ਰਹੇ ਹੋ ਅਵਤਾਰ ਸਿੰਘ ਜੀ? ਮੈਂ ਬਲਾਕਾਰ ਡਿਸਟ੍ਰਿਕਟ ਐਸਪੀਐਸ ਨਗਰ ਬਲਾਕਾਰ ਤੋਂ ਬੋਲ ਰਹੇ ਹਾਂ। ਹਾਂਜੀ, ਕੀ ਕਹਿਣਾ ਚਾਹੋਗੇ ਅਵਤਾਰ ਸਿੰਘ ਜੀ? ਮੈਡਮ ਜੀ, ਮੇਰਾ ਗਰੁੱਪ ਹੈ ਜਿਹੜਾ ਕੇ ਪੋਜ਼ਿਟਿਵ ਬੀ ਹੈ। ਹਾਂਜੀ, ਤੇ ਜਦੋਂ ਮੈਂ ਜਾਣ ਕੇ ਦੋ ਵਾਰ ਖੂਨਦਾਨ ਕਰ ਚੁੱਕਿਆ ਜੀ। ਹਾਂਜੀ, ਜਦੋਂ ਮੈਨੂੰ ਲੋੜ ਨੇ ਤਾਂ ਇਹੀ ਗਰੁੱਪ ਮੇਰੇ ਚੱਲੂਗਾ ਜਾਂ ਹੋਰ ਵੀ ਚੱਲ ਸਕਦਾ ਜੀ? ਠੀਕ ਹੈ ਜੀ, ਤੁਹਾਡਾ ਇਸ ਸਵਾਲ ਦਾ ਜ਼ਰੂਰ ਜਵਾਬ ਦੇਣਗੇ ਉਹ। ਹਾਂਜੀ, ਉਹਨਾਂ ਨੇ ਇੱਕ ਮੈਨੂੰ ਗੱਲ ਸਮਝ ਨਹੀਂ ਲੱਗੀ ਕਿ ਏ ਪੋਜ਼ਿਟਿਵ ਬੀ, ਜਾਂ ਤਾਂ ਏ ਬੀ ਪੋਜ਼ਿਟਿਵ ਹੋਣਾਗਾ ਜਾਂ ਏ ਪੋਜ਼ਿਟਿਵ ਹੋਣਾ ਜਾਂ ਬੀ ਪੋਜ਼ਿਟਿਵ ਹੋਣਾਗਾ। ਉਹਦੇ ਬਾਰੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਜੇ ਇਹਨਾਂ ਨੂੰ ਪੈਸੇ ਤਾਂ ਪਰਮਾਤਮਾ ਵੱਲੋਂ ਇਹ ਗਿਫਟ ਹੈਗਾ ਕਿ ਜਦੋਂ ਤੁਸੀਂ ਬਲੱਡ ਡੋਨੇਟ ਕਰਦੇ ਹੋ, ਰੈਗੂਲਰ ਬਲੱਡ ਡੋਨੇਟ ਕਰਦੇ ਹੋ, ਤੁਹਾਨੂੰ ਕਦੇ ਵੀ ਬਲੱਡ ਦੀ ਲੋੜ ਨਹੀਂ ਪੈਂਦੀ ਹੈਗੀ। ਅਤੇ ਜੇ ਕਦੇ ਐਮਰਜੈਂਸੀ 'ਚ ਲੋੜ ਵੀ ਪੈ ਜਾਏ ਤਾਂ ਜਿਹੜਾ ਤੁਹਾਡਾ ਗਰੁੱਪ ਹੋਊਗਾ ਤੁਹਾਨੂੰ ਉਸੇ ਗਰੁੱਪ ਦੀ ਹੀ ਲੋੜ ਪਵੇਗੀ, ਉਹੀ ਗਰੁੱਪ ਤੁਹਾਡੇ ਚੜੇਗਾ। ਬਲਵੰਤ ਸਿੰਘ ਜੀ, ਜਿਵੇਂ ਤੁਹਾਡੀ ਸੰਸਥਾ ਹੈਗੀ ਇਹਦੇ ਨਾਲ, ਹੁਣ ਜਿਵੇਂ ਮੈਡਮ ਜੀ ਦੱਸ ਰਹੇ ਸੀ ਕਿ 5000 ਡੋਨਰ ਜੁੜੇ ਹੋਏ ਨੇ, 5000 ਲੋਕ ਨੇ ਖੂਨਦਾਨ ਕਰਦੇ ਨੇ, ਤਾਂ ਵੱਖ ਵੱਖ ਤਰ੍ਹਾਂ ਦੇ ਲੋਕਾਂ ਦੇ ਬਲੱਡ ਗਰੁੱਪ ਹੁੰਦੇ ਆ। ਜੇ ਕਿਸੇ ਨੂੰ ਮੁਸੀਬਤ ਵੇਲੇ ਲੋੜ ਪੈ ਜਾਵੇ ਖੂਨਦਾਨ ਦੀ, ਤਾਂ ਖੂਨ ਦੀ ਕਿਸੇ ਦੀ ਜ਼ਰੂਰਤ ਪੈ ਜਾਵੇ ਕਿਸੇ ਗਰੁੱਪ ਦੀ, ਤਾਂ ਕਿਸ ਤਰ੍ਹਾਂ ਪਹੁੰਚ ਕਰ ਸਕਦਾ ਹੈ ਲੋਕਾਂ ਨੂੰ ਇਹ ਮਿਲ ਸਕੇ ਆਸਾਨੀ ਨਾਲ? ਇਹ ਤਾਂ ਇਸ ਤਰ੍ਹਾਂ ਜੀ, ਸਾਡਾ ਵੈਸੇ ਤਾਂ ਸਾਰੇ ਸਰਕਾਰੀ ਹਸਪਤਾਲਾਂ 'ਚ ਵੀ ਸਾਡਾ ਮੋਬਾਈਲ ਨੰਬਰ ਹੈ, ਵੈਸੇ ਵੀ ਮੋਹਾਲੀ ਦੇ ਵਿੱਚ ਤਾਂ ਬੱਚੇ ਬੱਚੇ ਨੂੰ ਪਤਾ ਸਾਡਾ, ਪਰ ਇਹ ਕੋਈ ਵੀ ਅਪਰੋਚ ਕਰ ਲਵੇ, ਵੈਸੇ ਤਾਂ ਇਸ ਤਰ੍ਹਾਂ ਦੀ ਇੰਨੀ ਘਾਟ ਨਹੀਂ ਹੁੰਦੀ ਕਿ ਕੋਈ ਉਹਦਾ ਰੇਂਜ ਹੀ ਨਾ ਹੋਵੇ। ਫਿਰ ਵੀ ਜਿਵੇਂ ਹੁਣ ਪੰਜਾਬ ਦੇ ਵਿੱਚ ਕਿਸੇ ਨੈਗੇਟਿਵ ਗਰੁੱਪ ਦੀ ਜ਼ਰੂਰਤ ਪਏਗੀ ਹੈਗੀ, ਤਾਂ ਨੀਅਰ ਬਾਈ ਜੋ ਬਲੱਡ ਬੈਂਕ ਹੈ ਸਾਡੀਆਂ ਵੈਸੇ ਸੰਸਥਾਵਾਂ ਨਾਲ ਤਾਲਮੇਲ ਹੈ, ਤਾਂ ਅਸੀਂ ਉਹਨਾਂ ਨੂੰ ਫੋਨ ਕਰਕੇ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਜੀ ਬਿਲਕੁਲ, ਬਲਵੰਤ ਸਿੰਘ ਜੀ, ਜਸਵੰਤ ਕੌਰ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਮਾਂ ਥੋੜ੍ਹਾ ਜਿਹਾ ਘੱਟ ਹੈ, ਸਾਨੂੰ ਸ਼ੋਅ ਇੱਥੇ ਹੀ ਖਤਮ ਕਰਨਾ ਪਏਗਾ, ਪਰ ਤੁਸੀਂ ਲੋਕਾਂ ਨੂੰ, ਅਸੀਂ ਉਮੀਦ ਕਰਦੇ ਹਾਂ ਕਿ ਲੋਕ ਜ਼ਰੂਰ, ਦਰਸ਼ਕ ਸਾਡੇ ਇਸ ਨਾਲ ਜ਼ਰੂਰ ਜਾਗਰੂਕ ਹੋਣਗੇ ਅਤੇ ਖੂਨਦਾਨ ਕਰਨਗੇ। ਇਸਦੇ ਨਾਲ ਹੀ ਸਾਡਾ ਅੱਜ ਦਾ ਇਹ ਬ੍ਰੇਕਫਾਸਟ ਸ਼ੋਅ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਸਾਨੂੰ ਆਪਣੀ ਰਾਏ ਦੇ ਸਕਦੇ ਹੋ editor@dnnightnews.com 'ਤੇ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਕੱਲ੍ਹ ਸਵੇਰੇ ਫਿਰ ਮਿਲਾਂਗੇ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।